ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬਲੀ ਜੀ, ਰੱਬ ਇੱਕ, ਜੈ ਸਾਈਂ ਜੀ। 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ। ਬਾਬਾ ਜੀ, ਹਜ਼ਰਤ ਸ਼ੇਖ ਸੈਯਦ ਸੁਲਤਾਨ ਬਾਬਾ ਅਬਦੁਲ ਕਾਦਰ ਸ਼ਾਹ ਜਿਲਾਨੀ, ਮਹਿਬੂਬੇ ਸੁਬਹਾਨੀ, ਪਿਰਾਣੇ ਪੀਰ ਦਸਤਗੀਰ ਜੀ, ਮੀਰਾ ਗੌਸੇ ਆਜ਼ਮ ਦਸਤਗੀਰ, ਕਹਿੰਦੇ ਆ ਕਿ ਹਜ਼ੂਰ ਜਦੋਂ ਆਪਣੇ ਮੁਰੀਦਾਂ ਨਾਲ ਸਤਸੰਗ ਕਰਿਆ ਕਰਦੇ ਸੀ, ਸਤਸੰਗ ਕਰਿਆ ਕਰਦੇ ਹਜ਼ੂਰ ਗੌਸ, ਉਹ ਕਹਿੰਦੇ ਜਦੋਂ ਹਜ਼ੂਰ ਗੌਸ ਹਾਜ਼ਰ ਸੀ ਪਿਰਾਣੇ ਪੀਰ ਮੀਰਾ ਗੌਸ ਪਾਕ, ਉਹ ਸਤਸੰਗ ਕਰਿਆ ਕਰਦੇ ਸੀ ਆਪਣੇ ਮੁਰੀਦਾਂ ਨਾਲ। ਉਹ ਕਹਿੰਦੇ ਕਿ ਹਜ਼ੂਰ ਦੇ ਉੱਥੇ ਜਦੋਂ ਉਹਨਾਂ ਨੇ ਸਤਸੰਗ ਕਰਨਾ ਤਾਂ 70-80 ਹਜ਼ਾਰ ਬੰਦਾ ਇੱਕ ਵਾਰੀ 'ਚ ਉਹਨਾਂ ਨੂੰ ਸੁਣਨ ਆਉਂਦਾ ਸੀ ਬਾਬਾ ਜੀ। ਔਰ ਕਹਿੰਦੇ ਆ ਕਿ ਇਕੱਲੇ ਇਕੱਲੇ ਬੰਦੇ 'ਤੇ ਨਜ਼ਰ ਹੋ ਜਾਂਦੀ ਸੀ ਹਜ਼ੂਰ ਗੌਸ ਦੀ, ਇੰਨਾ ਉਹਨਾਂ ਦੀ ਨਜ਼ਰ ਦੇ ਵਿੱਚ ਪਾਵਰ ਸੀ, ਇੰਨੀ ਉਹਨਾਂ ਦੀ ਰਹਿਮਤ। ਉਹ ਕਹਿੰਦੇ ਆ ਨਾ, ਤੇਰੀ ਰਹਿਮਤ ਕਾ ਜੋਸ਼ ਆਲਮ ਕਿਆ ਬਤਾਊਂ, ਜੋ ਵੀ ਆਇਆ ਤੇਰੇ ਦਰ ਪਰ ਨਿਹਾਲ ਹੋ ਕਰ ਗਿਆ। ਉਹ ਹਜ਼ੂਰ ਗੌਸ ਦੀ ਐਸੀ ਨਜ਼ਰ ਸੀ ਬਾਬਾ ਜੀ। ਕਹਿੰਦੇ ਕਿ 70-80 ਹਜ਼ਾਰ ਬੰਦਾ ਉੱਥੇ ਸੁਣਦਾ ਇੱਕ ਸਮੇਂ ਦੇ ਵਿੱਚ, ਉਹਨਾਂ ਨੂੰ ਸਤਸੰਗ ਸੁਣਨ ਆਉਂਦਾ। ਕਹਿੰਦੇ ਕਿ ਜਿਹੜਾ ਕਰੀਬ ਬੈਠਿਆ ਹੁੰਦਾ ਉਹਨੂੰ ਵੀ ਉਨੀ ਆਵਾਜ਼ ਕਲੀਅਰ ਆਉਂਦੀ, ਜਿਹੜਾ ਦੂਰ ਬੈਠੇ ਹੁੰਦੇ ਉਹਨਾਂ ਨੂੰ ਵੀ ਇੰਨੀ ਆਵਾਜ਼ ਕਲੀਅਰ ਆਉਂਦੀ, ਇੰਨਾ ਜ਼ਿਆਦਾ ਉਹਨਾਂ ਦੀ ਆਵਾਜ਼ ਦੇ ਵਿੱਚ ਰੰਗ ਸੀ, ਜੋਸ਼ ਸੀ ਉਸ ਸਮੇਂ ਵੀ। ਹੁਣ ਹਜ਼ੂਰ ਇੱਕ ਸ਼ਾਮ ਬੈਠੇ ਹੈ, ਹੁਣ ਸ਼ਾਮ ਨੂੰ ਬੈਠੇ ਸੀ ਔਰ ਕਹਿੰਦੇ ਹੋਰ ਸਾਰੀ ਸੰਗਤ ਆਈ ਹੋਈ ਸੀ, ਮੁਰੀਦ ਆਏ ਹੋਏ ਸੀ ਹਜ਼ੂਰ ਨੂੰ ਸੁਣਨ ਵਾਸਤੇ। ਹੁਣ ਹਜ਼ੂਰ ਬੈਠੇ ਹੈ ਔਰ ਹਜ਼ੂਰ ਬੈਠ ਕੇ ਮੁਸਕੁਰਾ ਰਹੇ ਸੀ ਤਾਂ ਅਚਾਨਕ ਕਹਿੰਦੇ ਉਹਨਾਂ ਦਾ ਚਿਹਰਾ ਜਿਹੜਾ ਨਾ ਗੰਭੀਰ ਹੋ ਗਿਆ, ਗੰਭੀਰ ਇਨ ਦਾ ਸੈਂਸ ਕਿ ਬੜਾ ਜਿੱਦਾਂ ਇੱਕਦਮ ਹੀ ਬੰਦਾ ਖਾਮੋਸ਼ ਹੋ ਜਾਂਦਾ ਹੈ ਨਾ, ਸੋਚ ਦੇ ਵਿੱਚ ਚਲਾ ਜਾਣਾ, ਡੀਪ ਚਲਾ ਜਾਣਾ, ਇੱਦਾਂ ਗੰਭੀਰ ਹੋ ਗਿਆ। ਉਹ ਗੰਭੀਰ ਹੋ ਗਏ ਅਤੇ ਹਜ਼ੂਰ ਗੌਸ ਨੇ ਨਾ ਆਪਣਾ ਇੱਕ ਜੋੜਾ ਚੱਕਿਆ ਬਾਬਾ ਜੀ, ਜ਼ਰਾ ਗੌਰ ਫਰਮਾਣਾ। ਹੁਣ ਕਹਿੰਦੇ ਜੋੜਾ ਇੱਕ ਚੱਕਿਆ ਔਰ ਇੱਦਾਂ ਉੱਪਰ ਨੂੰ ਹਵਾ ਦੇ ਵਿੱਚ ਉਛਾਲ ਦਿੱਤਾ, ਫਿਰ ਦੂਸਰਾ ਜੋੜਾ ਆਪਣਾ ਚੱਕਿਆ ਉਹ ਵੀ ਹਵਾ 'ਚ ਉਛਾਲ ਦਿੱਤਾ। ਹੁਣ ਉਹ ਦੇਖਣ ਵਾਲਿਆਂ ਦੇਖਿਆ ਵੀ ਜੋੜੇ ਗਏ ਹੈ ਔਰ ਉਹ ਜੋੜੇ ਜਿਹੜੇ ਸੀ ਕਹਿੰਦੇ ਕਿ ਗਾਇਬ ਹੋ ਗਏ। ਜ਼ਰਾ ਗੌਰ ਕਰਨਾ ਇਸ ਗੱਲ 'ਤੇ, ਉਹਨਾਂ ਨੇ ਇੱਦਾਂ ਜੋੜੇ ਉੱਪਰ ਸਿੱਟੇ, ਕਹਿੰਦੇ ਉਹ ਜੋੜੇ ਗਾਇਬ ਹੋ ਗਏ। ਹੁਣ ਸਾਰੇ ਬੜੇ ਹੈਰਾਨ ਔਰ ਹਜ਼ੂਰ ਗੌਸ ਉਹਨਾਂ ਦਾ ਰੰਗ ਐਨ ਲਾਲ ਹੋ ਗਿਆ, ਜਿੱਦਾਂ ਕਹਿੰਦੇ ਜਲਾਲ 'ਚ ਆ ਗਏ। ਹੁਣ ਉਹਨਾਂ ਦਾ ਰੰਗ ਦੇਖਿਆ ਜਦੋਂ ਵੀ ਐਸੇ ਹੋ ਗਏ, ਉਹ ਕਿਸੇ ਦੀ ਹਿੰਮਤ ਵੀ ਨਹੀਂ ਪਈ ਪੁੱਛਣ ਦੀ ਵੀ ਕਿ ਹਜ਼ੂਰ ਹੋਇਆ ਕੀ ਹੈ, ਕਿਉਂਕਿ ਉਸ ਵਕਤ ਸਾਰਿਆਂ ਨੇ ਦੇਖ ਲਿਆ ਵੀ ਹਜ਼ੂਰ ਦੀ ਮੌਜ ਹੀ ਹੋਰ ਹੈ। ਹੁਣ ਕੁਛ ਸਮਾਂ ਬੀਤਿਆ, ਹਜ਼ੂਰ ਗੌਸ ਦੁਬਾਰਾ ਆਪਣੀ ਉਸੇ ਮੌਜ ਦੇ ਵਿੱਚ ਆਏ ਜਦੋਂ ਜਿੱਦਾਂ ਉਹ ਪਹਿਲਾਂ ਸੀਗੇ ਮੁਸਕਰਾਹਟ ਦੇ ਵਿੱਚ, ਤਾਂ ਉਸ ਵਕਤ ਫਿਰ ਸਾਰੇ ਜਿਹੜੇ ਲੋਕ ਬੈਠੇ ਸੀ, ਮੁਰੀਦ ਸੀ ਕੁਛ ਜਾਂ ਸਾਹਿਬ ਵੀ ਬੈਠੇ ਸੀ, ਉਹਨਾਂ ਨੇ ਪੁੱਛਿਆ ਕਿ ਹਜ਼ੂਰ ਵੀ ਇਹ ਕਿਆ ਤੁਹਾਡੀ ਮੌਜ ਸੀ ਜੀ। ਤਾਂ ਉਸ ਵਕਤ ਹਜ਼ੂਰ ਗੌਸ ਆਜ਼ਮ ਨੇ ਫਰਮਾਇਆ, ਕਹਿੰਦੇ ਕੋਈ ਨਹੀਂ, ਕੁਛ ਦਿਨ ਰੁਕੋ, ਤੁਹਾਨੂੰ ਆਪ ਹੀ ਸਾਰਾ ਕੁਛ ਪਤਾ ਲੱਗ ਜਾਏਗਾ। ਹਜ਼ੂਰ ਗੌਸ ਨੇ ਫਰਮਾਇਆ, ਕਿਉਂਕਿ ਫਕੀਰ ਨੇ ਆਪਣੇ ਮੂੰਹੋਂ ਕੀ ਦੱਸਣਾ, ਆਪਣੇ ਮੂੰਹੋਂ ਬੋਲ ਕੇ ਨਹੀਂ ਗੱਲ ਕਰਦੇ। ਕਹਿੰਦੇ ਕੋਈ ਨਹੀਂ, ਸਮੇਂ ਆਉਣ 'ਤੇ ਤੁਹਾਨੂੰ ਆਪ ਹੀ ਸਮੇਂ ਲੱਗ ਜਾਣੀ ਹੈ ਜੋ ਹੋਇਆ ਹੈ। ਹੁਣ ਕਹਿੰਦੇ ਆ ਕਿ ਕੁਛ ਦਿਨ ਬੀਤੇ ਤਾਂ ਸ਼ਾਮ ਮੁਲਕ ਤੋਂ ਇੱਕ ਕਾਫਲਾ ਆਇਆ, ਕਿਉਂਕਿ ਜਿਹੜਾ ਬਗਦਾਦ ਸ਼ਰੀਫ ਹੈ ਉਹ ਈਰਾਨ ਦੇ ਵਿੱਚ ਹੈ ਔਰ ਜਿਹੜਾ ਸ਼ਾਮ ਮੁਲਕ ਹੈ ਉਹ ਥੋੜ੍ਹਾ ਏਰੀਆ ਹੋਰ ਹੈ। ਹੁਣ ਜਦੋਂ ਸ਼ਾਮ ਮੁਲਕ ਤੋਂ ਕਾਫਲਾ ਆਇਆ
ਤੇ ਉਸ ਕਾਫਲੇ ਦਾ ਜਿਹੜਾ ਹੈੱਡ ਸੀ ਜਾਂ ਕਹਿ ਲਓ ਸਰਦਾਰ ਸੀ ਜਿਹੜਾ ਉਸ ਕਾਫਲੇ ਦਾ, ਉਹਨੇ ਆਪਣੇ ਸਿਰ ਦੇ ਉੱਪਰ ਇੱਕ ਥਾਲੀ ਰੱਖੀ ਹੋਈ ਹੈ ਔਰ ਥਾਲੀ ਦੇ ਉੱਪਰ ਰੇਸ਼ਮੀ ਕੱਪੜੇ ਨਾਲ ਉਹ ਥਾਲੀ ਢੱਕੀ ਹੋਈ ਹੈ ਬਾਬਾ ਜੀ। ਔਰ ਨਾਲ ਜਿਹੜੇ ਹੋਰ ਕਾਫਲਾ ਹੈ ਉਹਨਾਂ ਨੇ ਹਜ਼ੂਰ ਗੌਂਸੇ ਆਜ਼ਮ ਵਾਸਤੇ ਕੁਛ ਉਪਹਾਰ ਲਿਆ ਹੈ, ਭੇਂਟ ਲਈ ਹੈ। ਹੁਣ ਜਦੋਂ ਉੱਥੇ ਦਰਬਾਰ ਦੇ ਵਿੱਚ ਪਹੁੰਚੇ ਤਾਂ ਆ ਕੇ ਉਹਨਾਂ ਨੇ ਹਜ਼ੂਰ ਦੇ ਸੇਵਾਦਾਰਾਂ ਨੂੰ ਪੁੱਛਿਆ ਕਿ ਮਹਾਰਾਜ ਹਜ਼ੂਰ ਕਿੱਥੇ ਹੈ, ਹਜ਼ੂਰ ਗੌਂਸੇ ਆਜ਼ਮ ਕਿੱਥੇ ਨੇ? ਤਾਂ ਹੁਣ ਸੇਵਾਦਾਰਾਂ ਨੇ ਦੱਸਿਆ ਕਿ ਹਜ਼ੂਰ ਇਸ ਤਰਫ ਅੰਦਰ ਨੇ, ਪਰ ਤੁਸੀਂ ਕਿੱਦਾਂ ਆਏ ਹੋ ਔਰ ਇਹ ਕੀ ਰੱਖਿਆ ਹੋਇਆ ਹੈ ਸਿਰ 'ਤੇ? ਕਿਉਂਕਿ ਕਈ ਵਾਰੀ ਪੁੱਛ ਲੈਂਦੇ ਹੈ ਸੇਵਾਦਾਰ ਕਿ ਹਜ਼ੂਰ ਦੇ ਕੋਲ ਆਏ ਹੋ, ਕੀ ਲੈ ਕੇ ਆਏ ਹੋ? ਤਾਂ ਫਿਰ ਜਿਹੜਾ ਕਾਫਲੇ ਦਾ ਕਹਿੰਦੇ ਸਰਦਾਰ ਸੀ ਉਸਨੇ ਆਪਣੇ ਸਿਰ ਦੇ ਉੱਪਰ ਉਹ ਥਾਲੀ ਉਤਾਰੀ ਔਰ ਜਦੋਂ ਕਹਿੰਦੇ ਉਹ ਰੇਸ਼ਮੀ ਕੱਪੜਾ ਚੁੱਕਿਆ ਤਾਂ ਦੇਖਿਆ ਉਹਦੇ ਉੱਪਰ ਥਾਲੀ ਦੇ ਵਿੱਚ ਉਹੀ ਜੋੜੇ ਮੁਬਾਰਕ ਸੀ ਜਿਹੜੇ ਹਜ਼ੂਰ ਗੌਂਸ ਦੇ ਜੋੜੇ ਸੀ, ਉਹੀ ਜੋੜੇ ਜਿਹੜੇ ਹਜ਼ੂਰ ਗੌਂਸੇ ਆਜ਼ਮ ਹਜ਼ੂਰ 11ਵੇਂ ਵਾਲੇ ਪੀਰਾਂ ਨੇ ਹਵਾ 'ਚ ਉਛਾਲੇ ਸੀ ਬਾਬਾ ਜੀ। ਹੁਣ ਉਹ ਸੇਵਾਦਾਰ ਜਿਹੜੇ ਸੀ ਉਹ ਬੜੇ ਹੈਰਾਨ ਹੋਏ ਕਿਉਂਕਿ ਉਹ ਉਸ ਵਕਤ ਉੱਥੇ ਹੀ ਸੀ, ਸੰਗਤ ਤਾਂ ਸੀ ਉਹ ਵੀ ਉੱਥੇ ਹੀ ਸੀ, ਸਹਾਬੀ ਜਿਹਨਾਂ ਨੂੰ ਸੇਵਾਦਾਰ ਸੀਗੇ ਉਹ ਉੱਥੇ ਹੀ ਸੀ। ਉਹਨਾਂ ਨੇ ਦੇਖਿਆ ਵੀ ਇਹ ਤਾਂ ਹਜ਼ੂਰ ਨੇ ਉਸ ਦਿਨ ਜੋੜੇ ਆਪਣੇ ਹਵਾ ਦੇ ਵਿੱਚ ਉੱਤੇ ਕੀਤੇ ਸੀ, ਗਾਇਬ ਹੋ ਗਏ ਸੀ, ਅਤੇ ਇਹਨਾਂ ਕੋਲ ਕਿੱਦਾਂ? ਉਹਨਾਂ ਨੇ ਪੁੱਛਿਆ ਕਿ ਭਾਈ ਇਹ ਜੋੜੇ ਤੁਹਾਡੇ ਕੋਲ ਕਿੱਦਾਂ ਆਏ? ਤਾਂ ਉਸ ਵਕਤ ਫਿਰ ਉਸ ਕਾਫਲੇ ਦੇ ਹੈੱਡ ਨੇ, ਸਰਦਾਰ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ, ਸਾਰੀ ਕਹਾਣੀ ਦੱਸੀ ਕਿ ਅਸੀਂ ਕਾਫਲਾ ਸਾਡਾ ਇੱਕ ਜੰਗਲ 'ਚੋਂ ਗੁਜ਼ਰ ਰਿਹਾ ਸੀ ਤਾਂ ਸਾਨੂੰ ਉੱਥੇ ਲੁਟੇਰਿਆਂ ਨੇ ਪਕੜ ਲਿਆ, ਔਰ ਸਾਨੂੰ ਮਾਰਨ ਹੀ ਲੱਗੇ ਸੀ ਕਿ ਉਸ ਵਕਤ ਉੱਥੇ ਜਦੋਂ ਉਹਨਾਂ ਨੇ ਤਲਵਾਰਾਂ ਕੱਢੀਆਂ ਸਾਨੂੰ ਮਾਰਨ ਹੀ ਲੱਗੇ ਤਾਂ ਆਪਾਂ ਕੋਸ਼ਿਸ਼ ਬੜੀ ਕੀਤੀ, ਪਹਿਲਾਂ ਆਪਾਂ ਹਿੰਮਤ ਕੀਤੀ ਪਰ ਸਾਡੀਆਂ ਹਿੰਮਤਾਂ ਜਦੋਂ ਟੁੱਟ ਗਈਆਂ ਤਾਂ ਆਪਾਂ ਫਿਰ ਹਜ਼ੂਰ ਗੌਸੇ ਆਜ਼ਮ ਨੂੰ ਯਾਦ ਕੀਤਾ, ਉਹਨਾਂ ਦਾ ਨਾਰਾ ਮਾਰਿਆ ਕਿ ਅਲ ਮਦਦ ਯਾ ਗੌਸੇ ਆਜ਼ਮ, ਅਲ ਮਦਦ ਯਾ ਦਸਤਗੀਰ, ਕਿ ਹਜ਼ੂਰ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ, ਇੱਥੇ ਪਹੁੰਚੋ। ਤਾਂ ਕਹਿੰਦੇ ਅਜੇ ਸਾਡੇ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਅਲ ਮਦਦ ਯਾ ਗੌਸੇ ਆਜ਼ਮ ਦਸਤਗੀਰ ਜੀ, ਸਾਡੀ ਮਦਦ ਫਰਮਾਓ, ਦਿਲ ਨਾਲ ਪੁਕਾਰ ਸੀ ਸਾਡੀ। ਤਾਂ ਕਹਿੰਦੇ ਉਸੇ ਵਕਤ ਅਜੇ ਇੰਨੀ ਕਹਿ ਕੇ ਹਟੇ ਸੀ, ਪਹਿਲਾਂ ਇੱਕ ਜੋੜਾ ਆਇਆ, ਉਹ ਜਿੰਨੇ ਡਾਕੂ ਸੀ ਸਾਰਿਆਂ ਦੇ ਵੱਜਣਾ ਸ਼ੁਰੂ ਹੋ ਗਿਆ, ਫਿਰ ਦੂਸਰਾ ਜੋੜਾ ਆਇਆ ਫਿਰ ਉਹ ਵੱਜਣਾ ਸ਼ੁਰੂ ਹੋ ਗਿਆ, ਉਹ ਡਾਕੂਆਂ ਦੇ ਸਰਦਾਰ ਦੇ ਵੱਜਣਾ ਸ਼ੁਰੂ ਹੋ ਗਿਆ। ਕਹਿੰਦੇ ਉਹਨਾਂ ਨੇ ਡਾਕੂ ਇਹ ਜੋੜੇ ਵੱਜ ਵੱਜ ਕੇ ਉਹਨਾਂ ਦੇ ਸਿਰ ਤੇ ਰੁਕੇ ਹੀ ਨਹੀਂ, ਉਹ ਭੱਜ ਗਏ, ਭਜਾ ਦਿੱਤਾ ਡਾਕੂਆਂ ਨੂੰ। ਤਾਂ ਉਸ ਵਕਤ ਹਜ਼ੂਰ ਗੌਂਸੇ ਆਜ਼ਮ ਸਰਕਾਰ ਦੇ ਜੋੜਿਆਂ ਨੇ ਸਾਡੀ ਜਾਨ ਬਚਾਈ, ਤਾਂ ਆਪਾਂ ਬੜੇ ਆਦਰ ਮਾਨ ਸਨਮਾਨ ਨਾਲ ਇਹ ਜੋੜੇ ਉਹਨਾਂ ਦੇ ਲੈ ਕੇ ਆਏ ਹਜ਼ੂਰ ਦੇ, ਕਿਉਂਕਿ ਸਾਨੂੰ ਪਤਾ ਹੈ ਅਸੀਂ ਹਜ਼ੂਰ ਗੌਂਸ ਨੂੰ ਬੁਲਾਇਆ ਸੀ ਤੇ ਇਹੋ ਜਿਹੀ ਕਰਾਮਾਤ, ਇਹੋ ਜਿਹਾ ਰੰਗ ਹਜ਼ੂਰ ਗੌਂਸ ਹੀ ਦਿਖਾ ਸਕਦੇ ਹੈ। ਤਾਂ ਉਹ ਸੇਵਾਦਾਰ ਕਹਿੰਦੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਸਾਡੇ ਸਾਹਮਣੇ ਦੀ ਗੱਲ, ਅਸੀਂ ਉਦੋਂ ਮੌਜੂਦ ਹੀ ਸੀ ਜਦੋਂ ਹਜ਼ੂਰ ਨੇ ਇਹ ਜੋੜੇ ਹਵਾ ਦੇ ਵਿੱਚ ਉਛਾਲੇ ਸੀ। ਤਾਂ ਹੁਣ ਬਾਬਾ ਜੀ ਇੱਥੇ ਇੱਕ ਗੱਲ ਬੜੀ ਗੌਰ ਕਰਨ ਵਾਲੀ ਹੈ ਕਿ ਕਈ ਵਾਰੀ ਹੁਣ ਇਨਸਾਨ ਸੋਚੇ ਕਿ ਇਹ ਕਿੱਦਾਂ ਹੋ ਸਕਦਾ ਕਿ ਜੁੱਤੀ ਇੱਥੇ ਉਛਾਲੀ ਹੈ, ਸ਼ਾਮ ਮੁਲਕ ਜੁੱਤੀ ਕਿੱਦਾਂ ਪਹੁੰਚ ਸਕਦੀ ਹੈ? ਤਾਂ ਗੱਲ ਜੇ ਵਿਗਿਆਨ ਤਰੱਕੀ ਕਰ ਸਕਦਾ ਹੈ ਬਾਬਾ ਜੀ, ਅੱਜ ਕੱਲ੍ਹ ਤਾਂ ਈਮੇਲ ਹੋ ਗਈਆਂ, ਪਹਿਲਾਂ ਫੈਕਸ ਚੱਲਦੇ ਹੁੰਦੇ ਸੀ, ਫੈਕਸ 'ਚ ਕੀ ਹੁੰਦਾ ਸੀ ਕਾਗਜ਼ ਭੇਜਣੇ, ਉਹ ਕਾਗਜ਼ ਇੱਥੇ ਹੀ ਰਹਿ ਗਏ ਪਰ ਉੱਥੇ ਵੀ ਪਹੁੰਚ ਗਏ ਨਾ, ਨਾਲ ਫੈਕਸ ਉੱਥੇ ਪਹੁੰਚ ਗਏ। ਉਹ ਜਿੱਦਾਂ ਹੁਣ ਇੱਕ ਸ਼ਖਸ ਸੀ, ਉਸ ਭਲੇ ਜ਼ਮਾਨੇ ਦੀ ਗੱਲ ਹੈ, ਉਹਨੇ ਉਦੋਂ ਫੈਕਸ ਐਸਟੀਡੀਆਂ ਚੱਲਦੀਆਂ ਹੁੰਦੀਆਂ ਸੀ ਅਤੇ ਸਾਰਿਆਂ ਨੇ ਉਹ ਵਕਤ ਦੇਖਿਆ ਹੋਣਾ, ਫੋਨ ਕਰਨਾ ਐਸਟੀਡੀ 'ਤੇ ਜਾਣਾ ਕਿਸੇ ਕੋਲ, ਹੈ ਨਾ,
ਕੋਲਾਂ ਮਹਿੰਗੀਆਂ ਹੋਣੀਆਂ, ਵੀ ਕਿਸੇ ਨੇ ਪਿੰਡ ਫੋਨ ਕਰਨਾ ਜਾਂ ਕਿਸੇ ਨੇ ਕਿਤੇ ਕਰਨਾ ਤਾਂ ਐਸਟੀਡੀ ਤੇ ਜਾ ਕੇ ਕਰਕੇ ਆਣਾ। ਔਰ ਫਿਰ ਬਾਬਾ ਜੀ ਉਹ ਵੀ ਸਮਾਂ ਆ ਗਿਆ ਜਦੋਂ ਮੋਬਾਈਲ ਆ ਗਏ ਮੋਟਰੋਲਾ ਦੇ ਵੱਡੇ ਵੱਡੇ, ਫਿਰ ਸੈਮਸੰਗ ਆਇਆ, ਬਥੇਰੇ ਉਹ ਡੰਡੀ ਵਾਲੇ ਮੋਬਾਈਲ ਆਏ ਉੱਪਰ ਇੰਟਰਨੈਟ ਐਂਟੀਨੇ ਵਾਲੇ, ਤਾਂ ਉਹ ਜਦੋਂ ਖੋਲ੍ਹਣਾ ਗੱਲ ਕਰਨੀ ਤਾਂ ਸੁਣਨ ਦੇ ਵੀ ਪੈਸੇ ਪੈਣੇ, ਇਹ ਵੀ ਸਮੇਂ ਆਇਆ। ਤਾਂ ਫੈਕਸ ਵੀ ਹੁੰਦੀ ਸੀ, ਫੈਕਸ 'ਚ ਕੀ ਹੁੰਦਾ ਸੀ, ਹੁਣ ਪੇਪਰ ਪਾ ਦਿੱਤੇ ਜਾਂਦੇ ਸੀ, ਉਹ ਪੇਪਰ ਉੱਥੇ ਹੀ, ਪਰ ਵਿਗਿਆਨ ਦੀ ਇੱਕ ਟੈਕਨੋਲੋਜੀ ਸੀਗੀ ਕਿ ਜਿੱਦਾਂ ਉਹਦੇ ਕੋਲ ਵੀ ਪਹੁੰਚ ਗਿਆ ਔਰ ਇੱਥੇ ਪੇਪਰ ਇੱਥੇ ਹੈ। ਤਾਂ ਇੱਦਾਂ ਹੀ ਇੱਕ ਮੁੰਡਾ ਸੀ, ਅਨਪੜ੍ਹ ਸੀ, ਉਹਦਾ ਭਰਾ ਬਾਹਰ ਸੀ, ਤਾਂ ਉਹਨੇ ਕਾਗਜ਼ ਮੰਗਾਉਣੇ ਸੀ ਆਪਣੇ ਪੱਕੇ ਹੋਣ ਵਾਸਤੇ, ਅੱਗੇ ਉਹ ਕਹਿੰਦਾ ਕਾਗਜ਼ ਭੇਜ ਦਿਓ। ਤਾਂ ਫੈਕਸ ਜਦੋਂ ਕੀਤੇ ਉਹ ਦੇਖਿਆ ਵੀ ਕਾਗਜ਼ ਤਾਂ ਇੱਥੇ ਹੀ ਹੈ, ਪਰ ਉੱਥੇ ਕਿੱਦਾਂ ਪਹੁੰਚ ਗਏ? ਉਹ ਕਹਿੰਦੇ ਇਹ ਵਿਗਿਆਨ ਦੀ ਟੈਕਨੋਲੋਜੀ ਹੈ ਭਾਈ, ਇਹ ਪਹੁੰਚ ਜਾਂਦੇ ਹੈ। ਤੂੰ ਆਪਣੇ ਭਰਾ ਨੂੰ ਦੁਬਾਰਾ ISD ਕੋਲ ਕਰਕੇ ਦੇਖ ਲਈ, ਉਹਨਾਂ ਟਾਈਮਾਂ 'ਚ ਐਂ ਫੋਨ ਹੁੰਦੇ ਸੀ। ਉਹ ਕੋਲ ਕੀਤੀ, ਕਹਿੰਦੇ ਪਹੁੰਚ ਗਏ ਤੁਹਾਡੇ ਕੋਲ ਪੇਪਰ? ਤਾਂ ਉਹ ਅੱਗੋਂ ਭਰਾ ਕਹਿੰਦਾ ਹਾਂ ਹਾਂ ਪਹੁੰਚ ਗਏ, ਥੈਂਕ ਯੂ ਵੈਰੀ ਮੱਚ। ਉਹ ਕਹਿੰਦਾ ਇਹ ਕਿੱਦਾਂ ਹੋ ਸਕਦਾ ਹੈ? ਉਹ ਜਦੋਂ ਉਹਨਾਂ ਨੇ ਪੁੱਛਿਆ ਵੀ ਇਹ ਕਿੱਦਾਂ, ਕਹਿੰਦਾ ਭਾਈ ਇਹ ਵਿਗਿਆਨ ਦੀ ਟੈਕਨੋਲੋਜੀ ਹੈ। ਹੁਣ ਜ਼ਰਾ ਗੌਰ ਕੀਤਾ ਜਾਵੇ, ਜੇ ਵਿਗਿਆਨ ਦੀ ਟੈਕਨੋਲੋਜੀ ਇੱਦਾਂ ਦੀ ਹੈ ਕਿ ਪੇਪਰ ਇੱਥੇ ਬੈਠੇ ਉੱਥੇ ਪਹੁੰਚ ਸਕਦੇ ਹੈ, ਤਾਂ ਕੀ ਫਕੀਰਾਂ ਦੀ ਇਬਾਦਤ ਜਿਹੜੀ ਹੈ ਉਹ ਕੁਛ ਨਹੀਂ ਕਰ ਸਕਦੀ? ਉਹ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਇਬਾਦਤ ਇੱਦਾਂ ਨਹੀਂ ਕਰ ਸਕਦੀ ਵੀ ਜੁੱਤੀ ਇੱਥੋਂ ਸੁੱਟੀ ਅਤੇ ਜਾ ਕੇ ਸ਼ਾਮ ਮੁਲਕ ਚਲੇ ਜਾਵੇ? ਕਿਉਂਕਿ ਜੇ ਵਿਗਿਆਨ ਇਹ ਚੀਜ਼ ਕਰ ਸਕਦਾ ਹੈ ਤਾਂ ਉਹ ਰੱਬ ਜਿਹੜਾ ਹੈ ਉਸਦੀ ਰਹਿਮਤ ਤਾਂ ਕੁਛ ਵੀ ਕਰ ਸਕਦੀ, ਉਹ ਤਾਂ ਕਿਤੇ ਵੀ ਪਹੁੰਚ ਸਕਦੀ ਹੈ ਬਾਬਾ ਜੀ। ਇੱਦਾਂ ਹੀ ਫਕੀਰ ਲੋਕਾਂ ਦੀਆਂ ਰਹਿਮਤਾਂ ਦੂਰ ਦੂਰ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਉਹਨਾਂ ਦੇ ਮੁਰੀਦ ਵੱਸਦੇ ਹੈ, ਉਹ ਰਹਿਮਤ ਨੂੰ ਜਦੋਂ ਕੋਈ ਸੱਚੇ ਦਿਲ ਨਾਲ ਪੁਕਾਰਦਾ ਹੈ ਤਾਂ ਰਹਿਮਤ ਉਹਦੇ ਤੱਕ ਪਹੁੰਚਦੀ ਜ਼ਰੂਰ ਹੈ। ਤਾਂ ਹੀ ਤਾਂ ਬਗਦਾਦ ਸ਼ਰੀਫ 'ਚ ਬੈਠੇ ਹਜ਼ੂਰ ਗੌਸੇ ਆਜ਼ਮ ਨੇ ਮਾਈ ਰੂੜੀ ਦਾ ਬੇੜਾ ਉਤਾਰਿਆ ਸੀ ਹਿੰਦੁਸਤਾਨ 'ਚ ਬੈਠੀ। ਗੱਲ ਯਕੀਨ ਦੀ ਹੈ, ਰਹਿਮਤ ਪਹੁੰਚਦੀ ਜ਼ਰੂਰ ਹੈ, ਸਾਈਂ ਲੋਕ ਫਰਮਾਉਂਦੇ ਆ। ਸਾਈਂ ਲੋਕ ਕਹਿੰਦੇ ਜੇ ਇਨਸਾਨ ਦੇ ਅੰਦਰ ਯਕੀਨ ਹੈ ਨਾ ਤਾਂ ਰਹਿਮਤ ਉਹਦੇ ਕੋਲ ਪਹੁੰਚੇਗੀ, ਚਾਹੇ 7 ਸਮੁੰਦਰ ਪਾਰ ਪਹੁੰਚੇ, ਕਿਉਂਕਿ ਰੱਬ ਲਈ ਕੋਈ 7 ਸਮੁੰਦਰ ਪਾਰ ਕੁਛ ਨਹੀਂ ਹੈ, ਕਿਉਂਕਿ ਮਾਲਕ ਲੋਕ ਜਿਹੜੇ ਸਮੁੰਦਰ ਦੇ ਨਾਲ ਰਲ ਕੇ ਸਮੁੰਦਰ ਹੋ ਗਏ ਨਾ, ਉਹਨਾਂ ਦੀਆਂ ਰਹਿਮਤਾਂ ਹਰ ਥਾਂ ਪਹੁੰਚਦੀਆਂ ਹੈ ਬਾਬਾ ਜੀ। ਗੱਲ ਤਾਂ ਤੇਰੇ ਯਕੀਨ ਦੀ ਹੈ। ਸੋ ਸਾਰਿਆਂ ਨੂੰ ਸਲਾਮ ਹੈ, ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬੜੀ ਜੀ, ਸਲਾਮ ਯਾ ਹਜ਼ਰਤ ਸ਼ੇਖ ਸੈਯਦ ਸੁਲਤਾਨ ਬਾਬਾ ਅਬਦੁਲ ਕਾਦਰ ਸ਼ਾਹੀ ਜਲਾ ਮਹਿਬੂਬੇ ਸੁਬਾਨੀ ਕੁਤਬੇ ਰਬਾਨੀ ਪਿਰਾਣੇ ਪੀਰ ਦਸਤਗੀਰ ਜੀ ਮੀਰਾ ਗੌਸੇ ਆਜ਼ਮ ਦਸਤਗੀਰ ਜੀ।